देखते सारे दोस्तों नूं सति श्री अकाल। इस वक्त असी खड़े हाँ पिंड सोतल, पिंड सोतल 47 दे टाइम तहसील खरड़ सी दी ते जिला अंबाला। तो अजकल तहसील खरड़ है, जिला मोहाली है। असी आए एक दरबार से, इस पिंड का दरबार है। दरबार से जाने तो पहला इस बोर्ड का दरख्त है काफ़ी वड्डा, ठीक है जी। तो तुसीं सामने देख रहे हैं दरबार का दृश्य, असीं अंदर चलांगे। अंदर इस दरबार को कहिंदे पीर फलाइयां वाला। फलाई दे एक्चुअली इत्थे कुछ बूटे ने, उन्हां करके पीर फलाइयां वाला कहिंदे इहनूं। जदके इह 1947 विच पिंड सोतल तों माइग्रेट हो के लहिंदे पंजाब गए। कुछ बजुर्गां दे खानदानी कवरां सी इह, जिन्हां दा नां सी अब्दुल कादर। उन्हां दे परिवार विचों अब्दुल कादर, सूबेदार अब्दुल करीम, मोहम्मद शरीफ, फजल खान। ते दरबार से पहला एक खूही है, पानी तो नहीं है जी? नहीं, पानी तो खूही बाद च बनाई। चल बाद दी कोई चक्कर नहीं, हैगी इस टाइम आ जाओ गया। कबरां भी इत्थे ही है ना, वो परले पास कब्रस्तान। कब्रस्तान है जो कब्र इत्थे ही। हाँ जी, तो इस तरफ कबरां ने, ठीक है जी। कबर तुसी देख रहे, गद्दी नशीन। नाम की लिखा हुआ जी उत्थे? अच्छा जी, ये किसी माई दी है कबर, माई माई भोला, ठीक है जी। अंदर चलेंगे दरबार से। एक कबर इधर है, सत्या सत्या जी दी अंदर। हाँ जी, ये कबर सत्या बीबी दी। ते नौ बजे अपनी रहे अंदर देख रहे हो, ठीक है। ਮਣਾ ਹੈ ਜੀ ਪੁਰਾਣੀ। ਕਿੰਨੇ ਜ਼ਮੀਨ ਹੈ ਇਹ ਟੋਟਲ? 2.5 ਕਿੱਲੇ। 2.5 ਕਿੱਲੇ ਇਹਨਾਂ ਨੂੰ ਮੁਸਲਮਾਨ ਪਰਿਵਾਰ ਦੇ ਸਾਹਮਣੇ? ਮੁਸਲਮਾਨ ਪਰਿਵਾਰ ਦੇ ਸਾਹਮਣੇ। ਕਿੰਨੇ ਕੁ ਘਰ ਹੈ ਮੁਸਲਮਾਨਾਂ ਦੇ ਇੱਥੇ? ਉਹਨਾਂ ਦੇ ਹੁਣ ਇੱਕੋ ਹੀ ਪਰਿਵਾਰ ਤੇ ਹੁਣ ਹੋ ਗਏ ਜੀ 8-9 ਘਰ। ਕਿਹਦਾ ਪਰਿਵਾਰ ਹੈ ਵੈਸੇ? ਬਜ਼ੁਰਗ ਕਿਹੜੇ ਸੀ? ਬਜ਼ੁਰਗ ਹੁੰਦਾ ਸੀ ਅਲੀ ਸ਼ੇਰ। ਅਲੀ ਸ਼ੇਰ, ਅਲੀ ਸ਼ੇਰ ਫਕੀਰ ਸੀ, ਮੁਸਲਮਾਨ ਫਕੀਰ ਸੀ ਅਲੀ ਸ਼ੇਰ। ਉਹਦੇ ਪਰਿਵਾਰ ਇੱਥੇ ਰਹਿੰਦੇ ਪਿੰਡ ਸੋਤਲ 'ਚ, ਠੀਕ ਹੈ ਜੀ। ਇਹ ਜਿਹੜੀਆਂ ਤੁਸੀਂ ਬਾਹਰ ਕਬਰਾਂ ਦੇਖੀਆਂ ਇਹ ਉਹਨਾਂ ਦੇ ਪਰਿਵਾਰਾਂ 'ਚੋਂ ਹੀ ਹੈ। ਵੈਸੇ ਇਹ ਕਬਰਸਤਾਨ ਹੈ ਪੁਰਾਣਾ, ਠੀਕ ਹੈ ਜੀ। ਅਤੇ ਇੱਧਰ ਜਾਮਣ ਤੁਸੀਂ ਦੇਖੀਏ, ਜਾਮਣ ਪੁਰਾਣੀ ਹੈ। ਫਲਾਈ ਦੇ ਬੂਟੇ ਨੇ ਇਹਦੇ ਪਿਛਲੇ ਪਾਸੇ। ਇਹ ਕਿਸੇ ਕੰਮ ਵੀ ਹੁੰਦੀ ਫਲਾਈ? ਹਾਂ ਜੀ, ਅਸੀਂ ਦਰਖਤ ਦੇ ਕੋਲ ਆਏ। ਫਲਾਈ ਦਾ ਦਰਖਤ ਹੈ, ਬਹੁਤ ਪੁਰਾਣਾ, ਠੀਕ ਹੈ ਜੀ। ਇਸੇ ਕਰਕੇ ਕਿਹਾ ਜਾਂਦਾ ਇਹ ਪੀਰ ਫਲਾਈ ਵਾਲੇ, ਠੀਕ ਹੈ ਜੀ। ਆਹ ਦੇਖੋ ਕੀ ਹੈ, ਮੈਂ ਤਾਂ ਆਪ ਵੈਸੇ ਪਹਿਲੀ ਵਾਰੀ ਇਸ ਤਰਫ ਦੇਖਿਆ, ਠੀਕ ਹੈ ਜੀ। ਇੱਦਾਂ ਦੇ ਛੋਟੇ ਛੋਟੇ ਪੱਤੇ ਨੇ ਕਿੱਕਰ ਵਾਂਗ। ਇੱਕ ਇਹ ਦਰਖਤ ਹੈ ਫਲਾਈ ਦਾ, ਇੱਥੇ ਲੰਗਰ ਵੀ ਲੱਗਦਾ ਹੈ, ਠੀਕ ਹੈ ਜੀ। ਲੰਗਰ ਹਾਲ ਬਣਿਆ ਵਾ, ਠੀਕ ਹੈ ਜੀ। ਪਿੰਡ ਸੋਤਲ ਦੇ ਇੱਕ ਪੁਲ 'ਤੇ
ਇਹ ਨਾ ਬਰਸਾਤੀ ਨਦੀ ਹੈ ਇੱਥੇ ਠੀਕ ਹੈ ਜੀ ਪਿੰਡ ਤੋਂ ਦੱਖਣ ਦੀ ਤਰਫ ਸਾਹਮਣੇ ਵਿੱਚ ਨੂੰ ਤੁਸੀਂ ਘਰ ਵੀ ਦੇਖ ਰਹੇ ਹੋ ਪਿੰਡ ਸੋਤਲ ਠੀਕ ਹੈ ਜੀ ਇੱਧਰ ਇਹ ਨਿਕਲਦੀ ਪਹਾੜਾਂ ਪਹੂੜਾਂ ਵਿੱਚ ਤਾਂ ਹੀ ਹੈ ਅਤੇ ਬਾਕੀ ਇੱਥੇ ਆ ਕੇ ਤਾਂ ਫਿਰ ਇਹ 'ਚ ਗੰਦਾ ਪਾਣੀ ਗਿਰ ਜਾਂਦਾ ਠੀਕ ਹੈ ਜੀ ਸਾਹਮਣੇ ਪਿੰਡ ਦਿਖ ਰਿਹਾ ਹੈ ਵਿੱਚ ਨੂੰ ਇਸ ਤਰਫ ਤੋਂ ਸੋਤਲ ਠੀਕ ਹੈ ਜੀ ਇਹ ਜੀ ਮਸਜਿਦ ਪਿੰਡ ਸੋਤਲ ਦੇ ਵਿੱਚ ਠੀਕ ਹੈ ਜੀ ਅਤੇ ਇੱਧਰ ਪਾਣੀ ਦਾ ਕੀਤਾ ਰੋਟੀਆਂ ਲਾਈਆਂ ਵੀ ਆ ਠੀਕ ਹੈ ਜੀ ਇਹ ਪਿੰਡ ਦੇ ਚੜ੍ਹਦੇ ਪਾਸੇ ਹੈ ਆ ਗਲੀ ਤੁਸੀਂ ਚੜ੍ਹਦੇ ਪਾਸੇ ਦੇਖ ਰਹੇ ਹੋ ਅਤੇ ਇੱਧਰ ਖੂਹ ਇੱਧਰ ਖੂਹ ਹੈ ਤੁਸੀਂ ਖੂਹ ਵੀ ਦੇਖ ਰਹੇ ਹੋ ਠੀਕ ਹੈ ਜੀ ਇਹ ਪਿੰਡ ਸੋਤਲ ਦਾ ਸਕੂਲ ਹੈ ਜੀ ਗੌਰਮੈਂਟ ਪ੍ਰਾਇਮਰੀ ਸਕੂਲ ਠੀਕ ਹੈ ਜੀ 47 ਦੇ ਟਾਈਮ ਵੀ ਸੀ ਸਕੂਲ ਇਸੇ ਜਗ੍ਹਾ ਉਦੋਂ ਕੱਚਾ ਹੁੰਦਾ ਸੀ ਅਤੇ ਹੁਣ ਪੱਕਾ ਬਣ ਗਿਆ ਠੀਕ ਹੈ ਜੀ ਆ ਗੇਟ ਹੈ ਸਕੂਲ ਦਾ ਆਹ ਪਿੰਡ ਦਾ ਖੇੜਾ ਹੈ ਜਦੋਂ ਪਿੰਡ ਬੰਨਿਆ ਜਾਂਦਾ ਨਗਰ ਖੇੜਾ ਕਹਿੰਦੇ ਇਹਨੂੰ ਠੀਕ ਹੈ ਜੀ ਅਸੀਂ ਚੜ੍ਹਦੇ ਪਾਸੇ ਹਾਂ ਪਿੰਡ ਦੇ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣੀ ਹੈ ਅਜੇ ਚੱਲ ਰਿਹਾ ਕੰਮ ਠੀਕ ਹੈ ਜੀ ਨਿਸ਼ਾਨ ਸਾਹਿਬ ਠੀਕ ਹੈ ਇਹਦੇ ਪਿਛਲੇ ਪਾਸੇ ਗੁੱਗਾ ਮਾੜੀ ਵੀ ਬਣਾਤੀ ਹੈ ਹੁਣ ਉਹ ਹੁਣੇ ਬਣੀ ਥੋੜ੍ਹੀ ਦੇਰ ਪਹਿਲਾਂ ਠੀਕ ਹੈ ਜੀ ਚੜ੍ਹਦੇ ਪਾਸੇ ਦੀ ਇਹ ਫਿਰਨੀ ਠੀਕ ਹੈ ਜੀ ਇੱਕ ਵਾਰੀ ਸਕੂਲ ਤੁਹਾਨੂੰ ਹੋਰ ਦਿਖਾ ਦਿੰਦੇ ਇਹ 47 ਦੇ ਟਾਈਮ ਵੀ ਇੱਥੇ ਹੀ ਸਕੂਲ ਸੀ ਇਹ ਦਰਖਤਾਂ ਵਿੱਚ ਪਿੱਪਲ ਦਾ ਅਤੇ ਦੂਜਾ ਪਿਲਖਣ ਹੈ ਹਾਂਜੀ ਇਹ ਬਾਅਦ ਵਿੱਚ ਲੱਗੇ ਨੇ ਠੀਕ ਹੈ ਕੱਚਾ ਹੁੰਦਾ ਸੀ ਉਸ ਟਾਈਮ ਇਹ ਸਕੂਲ ਪਿੰਡ ਸੋਤਲ ਦਾ ਰੋਜ਼ਾ ਸ਼ਰੀਫ ਇਹਦੇ ਵਿੱਚ ਵੀ ਕਬਰਾਂ ਨੇ ਦੋ ਪਿੰਡ ਸੋਤਲ ਇਹ ਉੱਤਰ ਦੀ ਦਿਸ਼ਾ ਵਿੱਚ ਹੈ ਪਿੰਡ ਤੋਂ ਇਹ ਅਸੀਂ ਅੰਦਰ ਜਾ ਰਹੇ ਹਾਂ ਅੰਦਰ ਦੇ ਦ੍ਰਿਸ਼ ਤੁਹਾਨੂੰ ਦਿਖਾ ਦਿੰਦੇ ਇਹ ਅੰਦਰ ਦੀਆਂ ਕਬਰਾਂ ਨੇ ਦੋ ਠੀਕ ਹੈ ਜੀ ਇਹ ਪਿੰਡ ਸੋਤਲ ਦੇ ਵਿੱਚ ਨੇ ਇੱਧਰ ਟੋਬਾ ਵੀ ਹੈ ਠੀਕ ਹੈ ਜੀ ਲਾ ਦਿਓ ਕੋਈ ਇਹ ਪੁਰਾਣਾ ਪਾਣੀ ਦਾ ਛੱਪੜ ਇੱਧਰ ਠੀਕ ਹੈ ਜੀ ਇਹ ਤੁਸੀਂ ਦੇਖ ਰਹੇ ਪਾਣੀ ਦਾ ਪੁਰਾਣਾ ਛੱਪੜ ਠੀਕ ਹੈ ਜੀ ਅਤੇ ਇੱਧਰ ਸਾਹਮਣੇ ਰੋਜ਼ਾ ਸ਼ਰੀਫ ਅਤੇ ਉਹ ਖੂਹ ਦੀ ਬਣਾਉਣੀ ਹੈ ਖੂਹ ਇਹ ਜਿਹੜੇ ਘਰ ਹੈ ਇਹ ਸਾਰੇ ਮੁਸਲਮਾਨਾਂ ਦੇ ਘਰ ਸੀ ਇੱਧਰ ਫਕੀਰਾਂ ਦੇ ਅੱਜ ਕੱਲ੍ਹ ਫਕੀਰ ਰਹਿੰਦੇ ਠੀਕ ਹੈ ਜੀ ਉਹ ਸਾਹਮਣੇ ਤੁਸੀਂ ਖੂਹ ਦੇਖ ਰਹੇ ਜੀ ਖੂਹ ਤੇ ਕੀ ਕਹਿੰਦੇ ਸੀ ਤੁਸੀਂ ਇਹ ਜਿਹੜਾ ਖੂਹ ਦਾ ਪ੍ਰਕੜੌਂਜਾ ਹੈ ਹਾਂਜੀ ਸੂਬੇਦਾਰ ਅਬਦੁਲ ਕਰੀਮ ਨੇ ਉਹਨਾਂ ਨੇ ਹਾਂਜੀ ਸੂਬੇਦਾਰ ਅਬਦੁਲ ਕਰੀਮ ਨੇ ਬਣਵਾਇਆ ਸੀ ਠੀਕ ਹੈ ਜੀ ਉਹਨਾਂ ਦੇ ਘਰ ਫਿਰ ਇੱਧਰਲੇ ਪਾਸੇ ਅੱਛਾ ਸਾਹਮਣੇ ਵਾਲੇ ਘਰ ਸਾਰੇ ਉਹਨਾਂ ਦੇ ਹੀ ਸੀ ਇਹ ਜਿਹਨਾਂ ਦੇ ਥਾਣੇਦਾਰ ਸੀ ਪਹਿਲਵਾਨ ਸੀ ਹੈ ਨਾ ਉਹੀ ਉਹਨਾਂ ਦੇ ਠੀਕ ਹੈ ਹਾਂਜੀ ਇਹ ਸਾਰਾ ਮੁਹੱਲਾ ਸੀ ਜਿਹੜਾ ਇਹ ਵੀ ਮੁਸਲਮਾਨਾਂ ਦਾ ਹੀ ਹੁੰਦਾ ਸੀ ਠੀਕ ਹੈ ਜੀ ਥਾਣੇਦਾਰ ਸੀ ਇੱਕ ਪਹਿਲਵਾਨ ਸੀ ਉਹਨਾਂ ਦੇ ਘਰ ਇੱਧਰ ਸੀ ਅਤੇ ਆ ਖੂਹ ਸੀ ਕੀ ਨਾਂ ਦੱਸਿਆ ਸੀ ਉਹਨਾਂ ਦਾ ਅਬਦੁਲ ਕਰੀਮ ਨੇ ਇਹ ਜਿਹੜਾ ਲੋਹੇ ਦਾ ਬਣਾਇਆ ਵਾ ਨਾ ਇਹ ਉਹਨਾਂ ਨੇ ਬਣਵਾ ਕੇ ਇਸ ਖੂਹ 'ਤੇ ਰੱਖਿਆ ਸੀ ਪਾਣੀ ਹੈਗਾ ਜੀ ਖੂਹ ਦੇ ਵਿੱਚ ਠੀਕ ਹੈ ਜੀ ਇੱਕ ਇਹ ਗਲੀ ਚੜ੍ਹਦੀ ਸੀ ਪਿੰਡ ਦੇ ਵਿੱਚ ਹਾਂਜੀ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚੇ ਤਾਂ ਫਿਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਇਸ ਤਰ੍ਹਾਂ ਅਸੀਂ ਜਦੋਂ ਵੀ ਕੋਈ ਨਵੀਂ ਵੀਡੀਓ ਯੂਟਿਊਬ ਉੱਤੇ ਅਪਲੋਡ ਕਰਾਂਗੇ ਤਾਂ ਯੂਟਿਊਬ ਵੱਲੋਂ ਉਸੇ ਵਕਤ ਤੁਹਾਨੂੰ ਸਾਡਾ ਸੁਨੇਹਾ
मिल जाएगा।